This is Brand Max Network India, and you are watching News India Now. ਅਸੀਂ ਅੱਜ ਤੋਂ ਜਿਹੜਾ 2/11/18 ਨੂੰ ਇੱਕ FA ਦਰਜ ਕੀਤੀ ਸੀਗੀ ਜਿਹੜੀ ਇੱਥੇ AC ਮਾਰਕੀਟ ਵਾਲੀ UA ਵਾਲੀ ਚੱਲਦੀ ਉਹਦੇ ਵਿੱਚ ਸਾਨੂੰ ਅੱਜ ਜਿਹੜਾ ਦੀਪਕ ਪੱਟੀ ਇਲੀਅਸ ਕਾਲਾ ਇਹ ਲੜਕਾ ਅੱਜ ਜਿਹੜਾ ਸਾਨੂੰ ਮਿਲਿਆ ਔਰ ਜਦੋਂ ਸਾਡੀ ਪੁਲਿਸ ਪਾਰਟੀ ਜਿਹੜੀ ਮਲਾਪ ਚੌਂਕ ਦੇ ਵਿੱਚ ਸੀਗੀ ਔਰ ਉਹਨੂੰ ਖਾਸ ਮੁਖਬਰ ਨੇ ਦੱਸਿਆ ਕਿ ਇਹ ਬੰਦਾ ਇਸ ਟਾਈਮ ਆਪਣੇ ਘਰ ਦੇ ਵਿੱਚ ਹੀ ਆ ਇਮੀਜੀਏਟਲੀ ਪਾਰਟੀ ਨੇ ਰੇਡ ਕੀਤਾ ਤਾਂ ਇਹਨੂੰ ਜਦੋਂ ਫੜਨ ਤੋਂ ਬਾਅਦ ਉੱਥੇ ਤਲਾਸ਼ੀ ਲਈ ਤਾਂ ਇਹ ਜਿੱਥੇ ਲੰਮਾ ਪਿਆ ਹੋਇਆ ਸੀਗਾ ਉਸੇ ਬੈੱਡ ਦੇ ਹੀ ਸਰਾਣੇ ਵਾਲੀ ਸਾਈਡ 'ਤੇ ਸਾਨੂੰ ਇੱਕ ਜਿਹੜਾ ਪਿਸਟਲ ਬਰਾਮਦ ਹੋਇਆ ਔਰ ਪਿਸਟਲ ਜਿਹੜਾ ਬਿਲਕੁਲ ਹੈ ਤਾਂ ਦੇਸੀ ਆ ਲੇਕਿਨ ਬਿਲਕੁਲ ਫੋਰਨ ਦੀ ਤਰ੍ਹਾਂ ਬਣਿਆ ਹੋਇਆ ਔਰ ਇਹਨੇ ਦੱਸਿਆ ਹੁਣ ਆਪਣੀ ਪੁੱਛਗਿੱਛ ਦੇ ਵਿੱਚ ਵੀ ਇਹ ਜਿਹੜਾ ਪਿਸਟਲ ਆ ਜਿਸ ਦਿਨ ਇਹ ਉੱਪਰ ਜੂਆ ਬੈਠੇ ਖੇਡ ਰਿਹਾ ਸੀ ਤਾਂ ਜਿਹੜੀ ਦੂਸਰੀ ਪਾਰਟੀ ਵੀ ਪਾਰਟੀ ਜਿਹੜੀ ਆ ਜਿਹਦੇ ਵਿੱਚ ਜਿਸ ਲੜਕੇ ਦੇ ਗੋਡੇ ਦੇ ਵਿੱਚ ਗੋਲੀ ਵੱਜੀ ਆ ਸਾਹਿਲ ਔਰ ਮਾਸੀ ਅਤੇ ਉਹਦੇ ਨਾਲ ਦਾ ਲੱਲੀ ਲੱਲੀ ਵੀ ਯਾਰ ਸਾਡੇ ਫੜਿਆ ਹੋਇਆ ਔਰ ਸਾਹਿਲ ਜਿਹੜਾ ਇਸ ਟਾਈਮ ਹੋਸਪਿਟਲ ਅਜੇ ਐਡਮਿਟ ਆ ਇਹ ਦੋਨੋਂ ਬੰਦੇ ਜਿਹੜੇ ਆ ਇਹਨਾਂ ਦੇ ਨਾਲ ਦਾ ਹੀ ਇਹਨਾਂ ਤੋਂ ਜਦੋਂ ਵਿਆਪਾਰ ਨੇ ਇਹਨਾਂ ਬੰਦਿਆਂ ਨੇ ਆਪਸ ਵਿੱਚ ਇਹਨਾਂ ਦੀ ਸੁਭਾਈ ਹੋਈ ਤਾਂ ਖਿੱਚ ਧੂ ਦੇ ਵਿੱਚ ਹੀ ਉਦੋਂ ਗੋਲੀ ਚੱਲੀ ਜਿਹੜੀ ਔਰ ਗੋਲੀ ਉਹਦੇ ਗੋਡੇ ਵਿੱਚ ਵੱਜੀ ਅਤੇ ਉਸ ਤੋਂ ਬਾਅਦ ਵੀਡੀਓ ਉੱਥੇ ਦੇ ਵਿੱਚ ਸਾਰਾ Hey there. Subscribe to my channel. And also press this bell icon. So you never miss any new updates, cause whenever we upload new video, you will get a notification on your phone.